आने पे आने के कपड़े सिकरी तड़ी उभरी एडे छिकर उदन शादी अब गोत कर दी सी मेरी घड़ी घड़ी आखी अम्मी एडे एडे वे छिकर वे थोड़े तो सलमान आता वेखी हूँ जिन्ना चिकर आंटी ने रहना ना तेरी माँ ने यह कोई गल कर दिया सिकरी उभरी है होनी वो नहीं बने हो जुड़े होंगे ना पानी लिया मुलिया लाया पानी जाके पानी खत्म हो गया लै के बाजी ने फोन नहीं किया तेरी बाजी तानू तानू तो सी आप ही करना है उन्हों को केड़ा फोन है वो अजे सुते होने बाजी ने भी ना आदत पै गई है ना रात को फिर लेट सोते हैं तो सुबह फिर जो उठा का टाइम होता ना फिर बाजी ने बहुत नींद आती आ जाओ कुछ हूँ काला कोला छड़े अज लाना करना कि इन्ना को महंगा हो गया अच्छा बड़ा महंगा हो गया किन्ने दा पहलों किन्ने दा सी इन्ना तो 100-120 का लिया ही था हूँ दासी हाँ तीन तीन साढ़े तीन तीन सौ दिया शीशे अच्छा उधर मैं छोटी लिया दी सो ये ना भी एक दो दर ला के तो लाया तो मुक गया गने बड़े माशाल्लाह वाले भी बड़े होंगे सारा तो एक बार गंदी हो गई सी ऐ ला नहीं सही हो रही सानू आले दे सूट करन दी गल है ना सूट कर गया नहीं सानू आप सारे नु करदा सारी लाने आ जा ते फिर ला ली ते लै तेरे भरा ने ते आजकल लियांदा है तारे मिले दा ता तेल मम्मी लियांदा उसे अच ला लिया ते इथे अम्मी घर बोई ना जाए जेड़ा कमरे च वड़या है इन्नी बो फिर लगे फिर बोलन लगदा पिया मैं के सैना नु ना लाया जे वो बच्ची उन्हें पिटना है ਉਹ ਬੜਾ ਅੱਛਾ ਹੀ ਹੈ ਜਿਹੜਾ ਲਾਂਦਾ ਨਾ ਲੇਕਿਨ ਬਾਜੀ ਉਹ ਵੱਡਾ ਬੰਦਾ ਤੇ ਚਲੋ ਕਰ ਲੈਂਦਾ ਉਹਨੇ ਤਾਂ ਪਿੱਟਣਾ ਉਹਦੇ ਧੱਦਰ ਵਾਸਤੇ ਲਿਆਏ ਸਨ ਨਾ ਕਿ ਉਹਨੂੰ ਧੱਦਰ ਹੈ ਆ ਜਾ ਥੋੜ੍ਹੀ ਦੇਰ ਬਾਅਦ ਆ ਜਾਂਦੀ ਹੈ ਨਾ ਫਿਰ ਮੈਂ ਚਲੀ ਜਾਂਦੀ ਹਾਂ ਬਾਜੀ ਉਸਮਾ ਨੇ ਲਾਇਆ ਅੱਜ ਤੇਲ ਕਿ ਆਪ ਹੀ ਲਾਇਆ ਅੱਜ ਨਹੀਂ ਮੈਂ ਆਪ ਹੀ ਦਹੀਂ ਲਾਇਆ ਸੀ ਦਹੀਂ ਤੇ ਤੇਲ ਲਾ ਕੇ ਨਾ ਲਾਇਆ ਸੀ ਮੈਂ ਕਿਹਾ ਉਹਨਾਂ ਤੈਨੂੰ ਇੰਨੀ ਦੇਰ ਨਹੀਂ ਬਾਜੀ ਰੱਖੀ ਦਾ ਨਹੀਂ ਧੋ ਲਿਆ ਸੀ ਇੱਕ ਵਾਰੀ ਹਾਂ ਤਾਂ ਲਾਇਆ ਨਹੀਂ ਜ਼ਰਾ ਥਿੰਦਾ ਰਵੇ ਮੇਰੀ ਖੁਸ਼ਕੀ ਖਤਮ ਹੋਵੇ ਅੱਛਾ ਆ ਮੈਂ ਸੋਚਦੀ ਨੂੰ ਲਾ ਕੇ ਨਾ ਧੋਨੀ ਆ ਸ਼ੈਂਪੂ ਲਾ ਕੇ ਹਾਂ ਉਹ ਤਾਂ ਮੈਂ ਉਧਰ ਹੀ ਧੋ ਲਿਆ ਸੀ ਧੋ ਆਕੜ ਜਾਂਦੇ ਨੇ ਵਾਲ ਉਹਦੇ ਨਾਲ ਦਹੀਂ ਤੇ ਤੇਲ ਲਾਈਏ ਨਾ ਵਾਲ ਆਕੜ ਜਾਂਦੇ ਨੇ ਧੋ ਕੇ ਵਹਾਂ ਪੇ ਵਾਲ ਧੋ ਕੇ ਨਹੀਂ ਗਈ ਵਾ ਫਿਰ ਚਲੇ ਗਏ ਮੇਰਾ ਤੇ ਨਾ ਕਿਸੇ ਨੇ ਸਿਰ ਲਾ ਕੇ ਉੱਤੋਂ ਬਟਾ ਵੇਖਣਾ ਫੇਰ ਵੀ ਬਾਜੀ ਦਹੀਂ ਦੀ ਬੋਹ ਆਉਂਦੀ ਜੇ ਤੇ ਸਿਰ ਤੇ ਧੋ ਕੇ ਜਾਣਾ ਮੈਨੂੰ ਬਸ ਤਾਂ ਬਾਹਰ ਧੋ ਕੇ ਗਈ ਹੈ ਕੋਈ ਤੁਹਾਡੇ ਸਿਰ ਨੂੰ ਸੁੰਘ ਹੀ ਲੈਂਦਾ ਆਹੋ ਮੇਰੇ ਸਿਰ ਨੂੰ ਕਿਨੇ ਸੁੰਘਣਾ ਜਿਨ੍ਹਾਂ ਦੇ ਕੋਲ ਬੈਠੀ ਉਹਨਾਂ ਨੂੰ ਪਤਾ ਦਾਦੀ ਦੇ ਸਿਰ ਧੋਤਾ ਕਿ ਨਹੀਂ ਧੋਤਾ ਤੇ ਕਿਸੇ ਨੂੰ ਕੀ ਪਤਾ ਲੱਗਣਾ ਆ ਜੰਮਿਆ ਹੈ ਗਰਮ ਪਾਣੀ 'ਚ ਡੁਬੋ
ਚਾਵਲ ਬੰਦ ਕੀਤੇ ਚਾਵਲ ਅੱਗੇ ਹੀ ਬੜੇ ਘੱਟ ਖਾਂਦੇ ਨਹੀਂ ਕੱਚੇ ਖਾਂਦੇ ਹੀ ਹੈ ਸਹੀ ਸਹੀ ਉਹਨੂੰ ਗੋਲੀਆਂ ਲੱਗੀਆਂ ਨਾ ਚਾਵਲਾਂ ਨੂੰ आप से सब देखे तो मैं ना लेके आती हूँ दोपहर को वही चावल बनाने मैं कभी खाली चावल नहीं खाते गोश तो बगैर ना खाली सारिया नहीं मेरे बच्चे नहीं गोश तो बगैर गोंगलू खाते बाजी पता नहीं कौन मैं दसदा पे गोंगलू ते कद्दू असी पकाए ने सस भी पकांदी सस दे हाथ भी बड़ा ज़ायका दादो बीना ने इनकी सासू मां ਉਹ ਵੀ ਬੜੀ ਮਜ਼ਾ ਹਾਂਡੀ ਪਕਾਉਂਦੀ ਸੀ ਕਰੇਲੇ ਆਲੂ ਪਕਾਉਂਦੀ ਸੀ ਅਸੀਂ ਵੀ ਬੜੇ ਪਕਾਏ ਮੇਰੇ ਵੱਲੋਂ ਵੇਖ ਕੇ ਫਿਰ ਇਹਨਾਂ ਨੇ ਆ ਮੇਰੀ ਨਾਂ ਨਹੀਂ ਉਜ਼ਮਾ ਇਹਨਾਂ ਖਾ ਸਾਡੇ ਘਰੋਂ ਖਾਧੇ ਫਿਰ ਇਹਨਾਂ ਵੀ ਪਕਾਉਣੇ ਕੱਲ੍ਹ ਪਰਸੋਂ ਫੋਨ ਕੀਤਾ ਸੀ ਇਹਨੇ ਉਜ਼ਮਾ ਨੇ ਕਿ ਬਾਜੀ ਮੈਂ ਸਮੋਸੇ ਬਣਾਉਣ ਲੱਗੀ ਤੁਹਾਡੇ ਰੋ ਸਮੋਸੇ ਜਿਹੜੇ ਹੁੰਦੇ ਨਾ ਬੜੇ ਮਤਲਬ ਨਰਮ ਹੁੰਦੇ ਨੇ ਅੱਛਾ ਮੈਂ ਆਖਿਆ ਬਾਜੀ ਕੋਲ ਰੈਸਪੀ ਪੁੱਛਣੀ ਹੈ ਮੈਂ ਕਿਹਾ ਜ਼ਰਾ ਘਿਓ ਕੋਸਾ ਕਰਕੇ ਜ਼ਿਆਦਾ ਪਾ ਲਏ ਪਾ ਮੈਦਾ ਅਤੇ ਥੋੜ੍ਹਾ ਜਿਹਾ ਅੱਧ ਪੁੱਤ ਕੱਟ ਥੋੜ੍ਹਾ ਜਿਹਾ ਘਿਓ ਪਾ ਕੇ ਅੱਛਾ ਥੋੜ੍ਹਾ ਜ਼ੀਰਾ ਪਾ ਕੇ ਗਰਮ ਪਾਣੀ ਬਣਾ ਲਏ ਟਿੱਕੀਆਂ ਬਣਾ ਲਏ ਅਤੇ ਮਸਾਲਾ ਜਿਵੇਂ ਮੈਂ ਅੱਗੇ ਬਣਾਈ ਦਾ ਉਹਦੀ ਬਣਾਈ ਸਹੀ ਭਾਅ ਬਣਾਉਂਦੇ ਇਹ ਸਾਡਾ ਕੋਈ ਵੇਚਣ ਵਾਲਾ ਹੋਵੇ ਨਾ ਇੰਨੇ ਮਜ਼ੇਦਾਰ ਸਾਡੇ ਸਮੋਸੇ ਹੁੰਦੇ ਨੇ ਜਿਹੜਾ ਇੱਕ ਵਾਰੀ ਖਾ ਜਾਂਦਾ ਨਾ ਬਾਰ ਬਾਰ ਆਉਂਦਾ ਸਾਰੀ ਗਲੀ ਸਾਡੀ ਇੰਨੇ ਮਜ਼ੇਦਾਰ ਸਮੋਸੇ ਭਾਜੀ ਬੜਾ ਹੀ ਮਜ਼ੇਦਾਰ ਤੇ ਤੁਸੀਂ ਆਪ ਹੀ ਗਲੀ 'ਚ ਬੰਦਾ ਪੈੜਾ ਲੱਗਦਾ ਜਨਾਨੀ ਆ ਕੇ ਨਹੀਂ ਦਰਵਾਜ਼ਾ ਖੜਕਾ ਕੇ ਤੇ ਸਮੋਸੇ ਲੈ ਲੈ ਜਾਂ ਇੱਕ ਹੋਰ ਹੱਲ ਦੱਸਾਂ ਜੀ ਤੁਹਾਡੀ ਖਿੜਕੀ 'ਚੋਂ ਇੱਥੋਂ ਰਸਤਾ ਰੱਖੋ ਜਿਹਨੂੰ ਸਮੋਸਾ ਅੰਦਰ ਹੱਥ ਦਿੱਤਾ ਖਾਣੇ ਤਾਂ ਹੋਤੇ ਆ ਨਾ ਮੂਸਾ ਦੀ ਸਾਲਗਿਰਾ ਕਿੰਨੇ ਸਾਲ ਦਾ ਹੋਈ ਜਾਣਾ ਮੂਸਾ ਮੂਸੋ ਉਹ ਇਹਨਾਂ ਨਾਲ 5 ਮਹੀਨੇ ਛੋਟਾ ਆਹੋ ਰੋਜ਼ੀ ਇਹਨਾਂ ਨਾਲ 5 ਮਹੀਨੇ ਵੱਡੀ ਹੈ ਛਬਰਾ ਤੇ ਕੱਲ ਤੇ ਉਹਦੀ ਵਜ੍ਹਾ ਨਾਲ ਇਨਸ਼ਾਅੱਲਾ ਕਰਾਂਗੇ ਸਾਰੀ ਰਾਤ ਦਾ ਪੁੱਤਰ ਭੁੱਲ ਗਏ ਸਾ ਤੂੰ ਤੇ ਫਿਰ ਟਪਹਿਰਾ ਰੱਖਦਾ ਮੈਂ ਤੇ ਨਹੀਂ ਪੁੱਤਰ ਟਪਹਿਰਾ ਰੱਖ ਸਕਦੀ ਮੈਂ ਤੇ ਉਦੋਂ ਨਹੀਂ ਸ਼ੂਗਰ ਵੀ ਤੇ ਨਾਲੇ ਮੈਨੂੰ ਖਾਂਸੀ ਉਦੋਂ ਹੁੰਦੀ ਸੀ ਇਹਨੇ ਤੇ ਫਿਰ ਟਪਹਿਰਾ ਲੱਗੀਆਂ ਰੱਖਣ ਫਿਰ ਪੜ੍ਹ ਕੇ ਨਾ ਤੇ ਆਂਦੀ ਕੇ ਦਾਦੋ ਮੈਂ ਜ਼ਰਾ ਬੈਠ ਕੇ ਦਰੂਦ ਇਬਰਾਹਿਮ ਪੜ੍ਹਦੀ ਤਾਂ ਮੈਂ ਇਹ ਵੀ ਪੈ ਗਈ ਅਤੇ ਮੈਂ ਕਿਹਾ ਚੱਲ ਮੈਂ ਵੀ ਥੋੜ੍ਹਾ ਜਿਹਾ ਪੜ੍ਹ ਲੈਂਦੀ ਹਾਂ ਪੜ੍ਹਦੇ ਪੜ੍ਹੇ ਦੋ ਹੀ ਦਾਦੀ ਪੋਤਰੀ ਸੌਂ ਗਏ ਸਵੇਰੇ ਉੱਠੀ ਤਾਂ ਮੇਰੇ ਮੂੰਹ ਵੇਖੇ ਮੈਨੇ ਆਪਕੋ ਬੋਲਾ ਤਾਂ ਮੈਨੂੰ ਰੋਜ਼ਾ ਖਾਣਾ ਮੈਂ ਆਖਿਆ ਚੱਲ ਜੇ ਤੂੰ ਰੋਜ਼ਾ ਰੱਖਣ ਤਾਂ ਰੱਖ ਸਕਦੀ ਤਾਂ ਰੱਖ ਲੈ ਅਤੇ ਅੱਗੇ ਰੋਟੀ ਰਾਤ ਨੂੰ ਨਹੀਂ ਸਕਦਾ ਅੱਜ ਤੂੰ ਰਾਤ ਨੂੰ ਰੋਟੀ ਵੀ ਖਾ ਲਈ ਸੀ ਅੱਛਾ ਉਹ ਫਿਰ ਰੱਖ ਲਿਆ ਏ ਅਤੇ ਮੈਂ ਤਾਂ ਭੈਣ ਮੈਂ ਆਖਿਆ ਮੈਂ ਤਾਂ ਨਹੀਂ ਰੱਖ ਸਕਦੀ ਦੁਪਹਿਰਾ ਰੋਜ਼ਾ ਅੱਛਾ ਮੈਨੂੰ ਖਾਂਸੀ ਹੁੰਦੀ ਹੈ ਨਹੀਂ ਸਕਦਾ ਅਤੇ ਅੱਗੋਂ ਤੱਕ ਰੱਖਿਆ ਜਾਂਦਾ ਜਿਵੇਂ ਰੋਜ਼ਾ ਹਾਂ ਰੋਜ਼ੇ ਮੈਂ ਰੱਖਦੀ ਹਾਂ ਇਨਸ਼ਾਅੱਲਾ ਰੱਖਾਂਗੀ ਹੁਣ ਮੇਰੀ ਤਬੀਅਤ ਹੈ ਕਿ ਠੀਕ ਹੈ ਇਨਸ਼ਾਅੱਲਾ ਮੈਂ ਸਾਰੇ ਰੱਖਾਂਗੀ ਪਿਛਲੀ ਵਾਰੀ 6 ਮੇਰੇ ਛੋਟੇ ਨੇ ਸਾਰੇ 6-7 ਅੱਛਾ ਇਨਸ਼ਾਅੱਲਾ ਰੱਖਾਂਗੀ ਖਾਂਸੀ ਦਾ ਹੋਰ ਤੁਸੀਂ ਬਿਮਾਰ ਹੋ ਗਏ ਸੀ ਜ਼ਿਆਦਾ ਨਾ ਖਾਂਸੀ ਨਾਲੇ ਉਂਝ ਵੀ ਰੋਜ਼ੇ ਰੱਖਣਾ ਫਿਰ ਮੈਨੂੰ ਕਮਜ਼ੋਰੀ ਹੋ ਜਾਂਦੀ ਹੈ ਨਾ ਫਿਰ ਜਿਹੜੇ ਅਖੀਲੇ ਰੋਜ਼ੇ ਹੁੰਦੇ ਸਗੋਂ ਉਹਨਾਂ ਦਾ ਬਹੁਤਾ ਫਾਇਦਾ ਹੁੰਦਾ ਸਵਾਬ ਹੁੰਦਾ ਜਿਹੜੇ ਅਖੀਲੀ ਇਬਾਦਤ ਦੇ ਤੇ ਉਹਨਾਂ ਦਾ ਉਦੋਂ ਫਿਰ ਮੇਰੀ ਬਸ ਹੋ ਜਾਂਦੀ ਬਸ ਲੁੱਡੋ ਖੇਲੀ ਸੀ ਲੁੱਡੋ ਖੇਲ ਖੇਲ ਕੇ
ਰਹਿਣਾ ਸੇ ਦਿਨ ਬਾਅਦ ਆਉਂਦੀ ਹੈ ਵੀ ਕਰੋਨਾ ਕੀ ਛੁੱਟੀਆਂ ਹੋਈ ਜਨਾ ਤਬ ਦਰਵਾਜ਼ੇ ਵੀ ਬੰਦ ਹੋ ਜਾਂਦੇ ਦਾ ਤੋ ਬਣਾਇਆ ਵੇ ਕਿੱਡੇ ਮਜ਼ੇ ਨਾਲ ਕੋਈ ਬੋਲਦੀ ਹੋ ਰਹੀ ਹੈ ਪਰ ਸਮਝ ਲੱਗ ਗਈ ਕਿ ਬੋਲਣਾ ਨਹੀਂ ਦੀ ਰੋਟੀ ਹੋ ਰਹੀ ਹੈ ਸਹੀ ਜੇ ਦੇਰ ਹਲ ਕੇ ਖਾਣ ਸੋ ਹਾਂ ਸਿਕਰੀ ਬੜੀ ਜ਼ਿਆਦਾ ਵੱਜੀ ਕੁਛ ਉਭਰੀ ਹੈ ਅਤੇ ਕੁਛ ਬੈਠੀ ਹੈ ਜਾਂ ਤਾਂ ਦਹੀਂ ਬੈਠਾ ਹੈ ਨਹੀਂ ਦਹੀਂ ਤਾਂ ਮੈਂ ਧੋ ਛੱਡਿਆ ਸਿਕਰੀ ਤਾਂ ਹੀ ਤਾਂ ਲਾਇਆ ਸੀ ਸਾਡੀ ਵੈਸੇ ਨਹੀਂ ਐਡੇ ਐਡੇ ਵੱਡੇ ਤੁਹਾਡੇ ਸਿਕਰ ਹੋਏ ਨੇ ਮੈਂ ਕਿਹਾ ਖਾਰਸ਼ ਕਰਕੇ ਕੱਢਣੀ ਹੈ ਨਾ ਉਹ ਇੰਨੇ ਕੁ ਵਾਲ ਹੁੰਦੇ ਨਹੀਂ ਨਿਕਲਦਾ ਹੀ ਨਹੀਂ ਵਿੱਚੋਂ ਮੈਂ ਦਹੀਂ 'ਤੇ ਲਾ ਕੇ ਫਿਰ ਦੋ ਕੁ ਘੰਟੇ ਰੱਖ ਗਏ ਨਾ ਮੈਂ ਖਾਲੀ ਮਲ ਮਲ ਕੇ ਧੋ ਛੱਡਿਆ ਸੀ ਮੈਂ ਕਿਹਾ ਹੁਣ ਦਿਹਾੜੀ ਕੱਢ ਕੇ ਨਾ ਸ਼ੈਂਪੂ ਲਾ ਕੇ ਧੋਵਾਂਗੀ ਅੱਜ ਇਤਵਾਰ ਪਤਲੇ ਹੋ ਗਏ ਉਹ ਮੈਂ ਕਿਹਾ ਹੁਣ ਇਸ ਮੌਸਮ ਚ ਬੜੇ ਸੋਹਣੇ ਪੈਣੇ ਸਵਿਸ ਕਪੜਾ ਨੀ ਹੋਰ ਇਹਨਾਂ ਨੇ ਤਾਂ ਉਹ ਪਾਏ ਨੇ ਕੀ ਨਾਂ ਹੈ ਰੇਸ਼ਮੀ ਸਟੱਫ ਜਿਹੜੀ ਰੋਜ਼ਾਇਨਾ ਦੀ ਟੀਚਰ ਰੋਜ਼ ਪੜ੍ਹਾਉਣ ਆਉਂਦੇ ਨੇ ਨਾ ਉਹਨਾਂ ਨੇ ਰੋਜ਼ ਰੇਸ਼ਮੀ ਪਾਏ ਦੁਪੱਟੇ ਦੀ ਫਰਾਕ ਬਣਾ ਕੇ ਦਿੱਤੀ ਆ ਤੁਸੀਂ ਕਿੰਨੀ ਸੋਹਣੀ ਲੱਗਦੀ ਹੈ ਵੀ ਉਹੀ ਵਾਲਾ ਕੱਪੜਾ ਜਿਹਾ ਖਾਡੀ ਦੇ ਸੂਟ ਪਾਟਦੇ ਨਹੀਂ ਹੈ ਆਪੀ ਤੁਸੀਂ ਕਰਨੇ ਨੇ ਟੋਕ ਲਗਾ ਰੋਜ਼ੀ ਦਾ ਤੇ ਕੱਪੜਾ ਪਾੜਦਾ ਹੀ ਨਹੀਂ ਮੇਰਾ ਵੀ ਸਦੀਆਂ ਨਹੀਂ ਤੇਰਾ ਵੀ ਨਹੀਂ ਪਾਉਂਦਾ ਮੇਰੇ ਬਸ ਕੰਮ ਵਾਲੀ ਕੋ ਦੇਖੂੰਗੀ ਜਾਂ ਮੇਰੇ ਗੱਡੀ 'ਚ ਬਹਿੰਦੇ ਆ ਨਾ ਲੱਗ ਜਾਏ ਮੇਰੇ ਕੋਲ ਨਹੀਂ ਤਾਂ ਮੇਰਾ ਵੀ ਨਹੀਂ ਫਟਦਾ ਸਾਰੀਆਂ ਦੀਆਂ ਕੁੜੀਆਂ ਜਿਹੜੀਆਂ ਨਾ ਨਿਸਮ ਤੇ ਇਤਬਾ ਕੋਈ ਕੱਪੜੇ ਪਾੜਦੀਆਂ ਕੋਈ ਤਵਾਹ ਲਾਉਂਦੀਆਂ ਕਈਆਂ ਦਾ ਬਾਜੀ ਪਸੀਨਾ ਵੀ ਗੰਦਾ ਹੁੰਦਾ ਜੇ ਤੇ ਜੁੱਤੀਆਂ ਮੋਈ ਸਾਡਾ ਜੁੱਤੀਆਂ ਇੰਨੀਆਂ ਤੋੜਦਾ ਹੀ ਜਿਹਦਾ ਕੋਈ ਹਿਸਾਬ ਨਹੀਂ ਉਹਨਾਂ ਨੇ 1300 ਦੀ ਜੁੱਤੀ ਲਿਆ ਕੇ ਦਿੱਤੀ ਹੈ 1400 ਦੀ ਦੋ ਵਾਰਾਂ ਪਾਈ ਸੂ ਸਾਹਮਣੇ ਸਾਹਮਣੇ ਨਾ ਹੋ